ਦੇਸ਼, ਹਾਂਜੀ, ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਆਪਾਂ ਨੂੰ ਪਤਾ ਹੀ ਆ ਕਿ 1978 ਦੇ ਵਿੱਚ ਨਰਕਧਾਰੀਆਂ ਦੇ ਨਾਲ ਜਿਹੜਾ ਸਿੰਘਾਂ ਦਾ ਵਾਦ ਵਿਵਾਦ ਉਦੋਂ ਹੋਇਆ ਸੀ, ਕਿਉਂਕਿ ਉਦੋਂ ਦੇ ਇਹਨਾਂ ਦੇ ਜਿਹੜਾ ਗੁਰੂ ਸੀ ਉਹਨੇ ਸਿੱਖ ਧਰਮ ਦੇ ਖਿਲਾਫ, ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਤੇ ਆਪਣੇ ਸਮਾਗਮ ਜਿਹੜੇ ਆ ਉਹਨਾਂ ਦੇ ਵਿੱਚ ਵੀ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਇਹਨੇ ਸ਼ੁਰੂ ਕੀਤਾ, ਜਿਹਦੇ ਵਿਰੋਧ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨ ਗਏ ਸਿੰਘਾਂ ਦੇ ਵਿੱਚੋਂ 13 ਸਿੰਘ ਇਹਨਾਂ ਦੇ ਗੁੰਡਿਆਂ ਨੇ ਗੋਲੀਆਂ ਮਾਰ ਕੇ 1978 ਦੇ ਵਿੱਚ ਸ਼ਹੀਦ ਕਰ ਦਿੱਤੇ, ਜਿਹਦੇ ਤੋਂ ਬਾਅਦ ਇਹਨਾਂ ਦੇ ਨਾਲ ਸਿੱਖ ਧਰਮ ਦਾ ਸਿੱਧਾ ਟਕਰਾਅ ਜਿਹੜਾ ਉਹ ਸ਼ੁਰੂ ਹੋ ਗਿਆ। ਤੇ ਉਸ ਘਟਨਾ ਤੋਂ ਬਾਅਦ ਨਿਰੰਕਾਰੀਆਂ ਦੇ ਜਿਹੜੇ ਪ੍ਰੋਗਰਾਮ ਸੀ ਉਹ ਸ਼ਰੇਆਮ ਜਨਤਕ ਥਾਵਾਂ ਦੇ ਉੱਤੇ ਕਰਨ ਦੇ ਉੱਤੇ ਰੋਕ ਲਾ ਦਿੱਤੀ ਗਈ, ਪਰ ਅੱਜ ਫਿਰ ਇਹਨਾਂ ਵੱਲੋਂ ਪਿੰਡਾਂ ਦੇ ਵਿੱਚ ਆਪਣੇ ਸਮਾਗਮ ਜਿਹੜੇ ਆ ਉਹ ਕਰਨੇ ਆਰੰਭ ਕਰ ਦਿੱਤੇ ਆ। ਦਾਸ ਗੁਰਸੇਵਕ ਸਿੰਘ ਪੱਧਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਪਿੰਡ ਛੂਰੇ ਦੇ ਵਿੱਚ ਇਹ ਸਮਾਗਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਸਿੱਖ ਸੰਗਤਾਂ ਨੇ ਇਕੱਠਿਆਂ ਹੋ ਕੇ ਪ੍ਰਸ਼ਾਸਨ ਉੱਤੇ ਦਬਾਅ ਪਾਇਆ, ਇਹਨਾਂ ਦਾ ਸਿੱਧਾ ਵਿਰੋਧ ਕੀਤਾ, ਜਿਸ ਕਾਰਨ ਇਹਨਾਂ ਦਾ ਉਹ ਸਮਾਗਮ ਜਿਹੜਾ ਨਹੀਂ ਹੋ ਸਕਿਆ। ਇਹ ਕੱਲ੍ਹ ਨੂੰ ਫਿਰ 29 ਤਰੀਕ ਨੂੰ ਖਾਸੇ ਵਿਖੇ ਪੈਟਰੋਲ ਪੰਪ ਦੇ ਨੇੜੇ ਤੇ ਫਰੈਂਡਜ਼ ਸਵੀਟ ਸ਼ਾਪ ਦੇ ਨੇੜੇ ਇਹ ਆਪਣਾ ਕੂੜ ਪ੍ਰਚਾਰ ਕਰ ਰਹੇ ਆ, ਜਿਹਦਾ ਵਿਰੋਧ ਸਵੇਰੇ ਕੀਤਾ ਜਾ ਰਿਹਾ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹੁੰਮ ਹੁਮਾ ਕੇ ਸਵੇਰੇ ਖਾਸੇ ਪਹੁੰਚਣ ਦੀ ਕਿਰਪਾਲਤਾ ਕਰੋ, ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਦੇ ਉੱਤੇ 98562 97 862 69 816 26965 97 814 52 173 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ। ਤੇ ਵੱਧ ਤੋਂ ਵੱਧ ਅਪੀਲ ਕੀਤੀ ਜਾਂਦੀ ਆ ਕਿ ਸਿੱਖ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਜੇ ਅੱਜ ਨਾ ਰੋਕਿਆ ਤਾਂ ਇਹ ਬਹੁਤ ਵੱਡਾ ਸਾਡੇ ਵਾਸਤੇ ਵਿਹਣਾ ਹੈ। ਉਧਰੋਂ 1978 ਵਾਲੇ ਸ਼ਹੀਦਾਂ ਦਾ 40ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ, ਤੇ ਜੇ ਇਹਨਾਂ ਦਾ ਕੂੜ ਪ੍ਰਚਾਰ ਇਸੇ ਤਰ੍ਹਾਂ ਸ਼ੁਰੂ ਹੋ ਗਿਆ ਤੇ ਫਿਰ ਇਹ ਸਾਡੇ ਵਾਸਤੇ ਜਿਉਂਦੇ ਹੋਣ ਦੀ ਕੋਈ ਨਿਸ਼ਾਨੀ ਨਹੀਂ ਆ। ਇਹ ਸਮਝਿਆ ਜਾਵੇਗਾ ਕਿ ਸਿੱਖ ਜਥੇਬੰਦੀਆਂ ਜੇ ਇਸ ਪ੍ਰੋਗਰਾਮ ਨੂੰ ਨਹੀਂ ਰੋਕ ਸਕੀਆਂ ਤਾਂ ਇਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਨੇ ਮਰ ਚੁੱਕੀਆਂ ਨੇ। ਸੋ ਸਿੱਖ ਜਥੇਬੰਦੀਆਂ ਨੂੰ ਵੀ ਦਾਸ ਅਪੀਲ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਇਹਨੂੰ ਰੋਕਣ ਵਿੱਚ ਸਹਿਯੋਗ ਕਰ ਰਹੀਆਂ ਨੇ। ਸੋ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਆਪਣੇ ਜਿਹੜੇ ਵਖਰੇਵੇਂ ਆ ਉਹ ਛੱਡ ਕੇ ਤੇ ਸਵੇਰੇ 29 ਤਰੀਕ ਨੂੰ ਖਾਸੇ ਪਹੁੰਚਣ ਦੀ ਕਿਰਪਾਲਤਾ ਕਰੋ। ਜੇ ਦਰਖਾਸਤ ਦਿੱਤਿਆਂ ਪ੍ਰਸ਼ਾਸਨ ਇਹਨਾਂ ਉੱਤੇ ਰੋਕ ਲਾਉਂਦਾ ਤਾਂ ਠੀਕ ਆ, ਨਹੀਂ ਤੇ ਫਿਰ ਅਗਲੀ ਰਣਨੀਤੀ ਜਿਹੜੀ ਆ ਜਿਹੜੇ ਵੀ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੂੰ ਇਹ ਸਮਾਗਮ ਰੋਕਣਾ ਪਿਆ ਇਹ ਰੋਕਿਆ ਜਾਊਗਾ, ਕਿਸੇ ਵੀ ਹਾਲਤ ਦੇ ਵਿੱਚ ਇਹ ਸਮਾਗਮ ਨਹੀਂ ਹੋਣ ਦਿੱਤਾ ਜਾਊਗਾ, ਇਹ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਹੈ। ਸੋ ਬੇਨਤੀ ਆ ਕਿ ਜਿਹੜੇ ਨੰਬਰ ਦਿੱਤੇ ਗਏ ਆ ਵਿੱਚ ਬੋਲੇ ਗਏ ਆ ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਵੇਰੇ ਸਾਡੇ ਨਾਲ ਗੱਲਬਾਤ ਕਰਕੇ ਤਾਲਮੇਲ ਬਣਾਉਣ ਦੀ ਕਿਰਪਾਲਤਾ ਕਰੋ। ਤੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਤਾਂ ਜੋ ਪੱਕੇ ਤੌਰ ਤੇ ਇਹਨਾਂ ਦੇ ਜਿਹੜੇ ਸਮਾਗਮ ਹੋ ਰਿਹਾ ਚੋਰੀ ਛਿਪੇ ਉਹਨਾਂ ਦੇ ਉੱਤੇ ਬੰਦਿਸ਼ ਲਾਈ ਜਾਵੇ, ਰੋਕ ਲਾਈ ਜਾ ਸਕੇ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਗੁਰਸੇਵਕ ਸਿੰਘ ਪੱਧਰੀ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।